ਜਦੋਂ ਆਪ ਨੂੰ ਬਿਮਾਰੀ ਲੱਗਦੀ ਹੈ ਤਾਂ ਅਸੀਂ ਆਉਂਦੇ ਹਾਂ ਅੱਲਾਹ ਦੀ ਅਜ਼ਮਾਇਸ਼, ਜਦੋਂ ਕਿਸੇ ਨੂੰ ਬਿਮਾਰੀ ਲੱਗਦੀ ਤਾਂ ਅਸੀਂ ਆਉਂਦੇ ਹਾਂ ਅੱਲਾਹ ਦੀ ਪਕੜ 'ਚ ਆਇਆ। ਮੇਰੇ ਭਾਈਓ, ਮਤ ਐਸੀਆਂ ਬਾਤਾਂ ਕਿਆ ਕਰੋ। ਵਾਈਜ਼ਾ ਮਰੀਸਤੁਫਾ ਹੁਆ ਯਸ਼ਫੀਨ, ਕੁਰਾਨ ਕਹਿੰਦਾ ਪਿਆ ਹੈ, ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਨੇ ਕਿਹਾ, ਜਬ ਮੈਂ ਬਿਮਾਰ ਹੋਤਾ ਹੂੰ ਤੋ ਮੇਰਾ ਅੱਲਾਹ ਮੁਝੇ ਸ਼ਫਾ ਦੇਤਾ ਹੈ। ਬਿਮਾਰੀ ਦੀ ਨਿਸਬਤ ਆਪਣੇ ਵੱਲ ਕੀਤੀ ਹੈ ਅਤੇ ਖੈਰ ਦੀ ਨਿਸਬਤ ਅੱਲਾਹ ਵੱਲ ਕੀਤੀ। ਕਲਮਾ ਪੜ੍ਹ ਕੇ ਦੱਸੋ, ਜਿਹੜੀ ਮੈਂ ਬਹਿੰਦਿਆਂ ਗੱਲ ਕੀਤੀ ਹੈ, ਇਹ ਸਾਡੇ ਮੁਆਸ਼ਰੇ 'ਚ ਹੈ ਆ ਕਿ ਨਹੀਂ? ਆਪ ਬਿਮਾਰ ਹੋਈਏ ਅਤੇ ਕਹਿੰਦੇ ਹਾਫ ਸਾਹਿਬ ਆਉਂਦੇ ਨੇ ਜੀ, ਇਹ ਅੱਲਾਹ ਤੁਹਾਡੇ ਕੋਲ ਅਜ਼ਮਾਇਸ਼ ਲੈ ਰਿਹਾ ਕੋਈ, ਤੁਸੀਂ ਪੱਕੇ ਰਿਹਾ ਜੇ, ਸਬਰ ਕਰਿਆ। ਜਦੋਂ ਕਿਸੇ ਦੁਸ਼ਮਣ ਨੂੰ ਬਿਮਾਰੀ ਲੱਗਦੀ ਨਾ ਤਾਂ ਅਸੀਂ ਆਨੇ ਕੀਤੀਆਂ ਨੂੰ ਫੜਿਆ ਹੀ, ਇਹਨੂੰ ਸਜ਼ਾਵਾਂ ਮਿਲ ਰਹੀਆਂ ਹੀ। ਉਵੇਂ ਅਬਦੁੱਲਾ ਨਾਮੀ ਡਾਕੂ ਇਹ ਜਾ ਰਿਹਾ ਲੁੱਟਣ, ਇਹਦੇ ਨਾਲ ਪੰਜ ਛੇ ਬੇਲੀ ਵੀ ਨਾਲ ਨੇ, ਅਤੇ ਜਦੋਂ ਜਾ ਰਿਹਾ ਹੈ ਨਾ ਅਤੇ ਰਾਹ 'ਚ ਨਾ ਇਹਨੂੰ ਹੱਗਣ ਆ ਗਿਆ, ਇਹ ਪਿਸ਼ਾਬ ਕਰਨ ਬਹਿ ਗਿਆ। ਕਹਿੰਦਾ ਮੈਂ ਹੱਗਾ ਵਾਂ, ਤੁਸੀਂ ਇੱਥੇ ਪਵੋ। ਹੱਗਣ ਚਲੇ ਗਿਆ ਨਾ ਅਤੇ ਇਹਨੇ ਵੇਖਿਆ ਨਾ ਜ਼ਮੀਨ 'ਤੇ ਬਹਿ ਕੇ ਪਿਸ਼ਾਬ ਕਰ ਰਿਹਾ। ਤਵੱਜੋ ਬਈ, ਇਹ ਪੰਜਾਬੀ ਜ਼ਬਾਨ ਮੈਂ ਠੋਸ ਬੋਲਣਾ, ਸਾਡੇ ਪੰਜਾਬੀਆਂ ਨੂੰ ਆਪਣੀ ਜ਼ਬਾਨ ਹੁਣ ਚੰਗੀ ਨਹੀਂ ਲੱਗਦੀ, ਅਤੇ ਤੁਸੀਂ ਕਿਸੇ ਅੰਗਰੇਜ਼ ਘਰ ਜੰਮਣਾ ਹੀ ਤੁਹਾਨੂੰ ਪੰਜਾਬੀਆਂ ਕਰਕੇ ਸੱਦਾ ਘੱਲਿਆ ਸੀ। ਆ ਕਈ ਮੈਂ ਸਵੇਖਿਆ ਨਾ, ਕੋਈ ਪੰਜਾਬੀ ਬੋਲੀ ਹੈ ਨਾ ਮੈਂ ਠੋਸ, ਅਤੇ ਕਈ ਬੰਦੇ ਵਿੱਚ ਲੱਗ ਪੈਂਦੇ ਨੇ, ਇਹ ਮੌਲਵੀ ਕਿਸੇ ਨਾਲ ਹੋਈ ਬੋਲ ਰਿਹਾ, ਅਤੇ ਵੀ ਹੱਗਣ ਹੀ ਕਹਿੰਦੇ ਨੇ। ਹਾਂ ਵੇਖ ਲਓ, ਆ ਪੰਜਾਬੀ ਜੇ ਕਿਸੇ ਨਾਲ ਲੜੋ ਤਿਆਂ ਨਹੀਂ ਤੇਰੇ ਘਰ ਅਸੀਂ ਹੱਗਣ ਆਉਣਾ, ਉਹ ਕਹਿੰਦੇ ਨੇ ਕਿ ਨਹੀਂ ਕਹਿੰਦੇ? ਇਹ ਤੁਹਾਡੀ ਜ਼ਬਾਨ ਹੈ, ਮਾਂ ਬੋਲੀ ਜ਼ਬਾਨ ਜਿਹੜੀ, ਇਹਨੂੰ ਭੈੜੀ ਨਾ ਕਹੋ, ਮਾਦਰੀ ਜ਼ਬਾਨ ਨੂੰ ਭੈੜਾ ਨਾ ਕਹੋ। ਪਰ ਸਾਡੇ ਆ ਜਿਹੜੇ ਸ਼ਹਿਰੀ ਬਾਬੂ ਨੇ ਨਾ, ਪੈਂਟੂ ਬੋਲੋ, ਆ ਸ਼ਹਿਰੀ ਬਾਬੂ, ਇਹ ਗੱਲਾਂ ਉਰਦੂ 'ਚ ਕਰਦੇ ਨੇ ਅਤੇ ਗਾਲਾਂ ਪੰਜਾਬੀ 'ਚ ਕੱਢਦੇ। ਸਵਾਦ ਤਾਂ ਤਦ ਨਾ ਵੀ ਗਾਲਾਂ ਵੀ ਉਰਦੂ 'ਚ ਕੱਢੋ। ਉਹ ਚੱਲਿਆ ਮਾਂ ਬੋਲੀ ਗਾਲਾਂ ਵਾਸਤੇ ਰੱਖ ਲਈ? ਹਾਫ ਸਾਹਿਬ ਸੱਚੀ ਗੱਲ, ਅੱਲਾਹ ਹਦਾਇਤ ਨਸੀਬ ਫਰਮਾਏ। ਸਾਰੇ ਕਹੋ ਆਮੀਨ। ਮੈਂ ਤੁਹਾਨੂੰ ਕਹਿਣ, ਮੈਂ ਮੌਜੂ ਰੱਖਿਆ ਹੈ ਤੱਕੜੀ ਦਾ ਤੋਲ ਅਤੇ ਦੂਜਾ ਮੂੰਹ ਦਾ ਬੋਲ ਵੀ ਚੰਗਾ ਰੱਖਣਾ ਅਤੇ ਤੋਲ ਵੀ। ਪੁੱਤਰ ਬੈਠ ਜਾ, ਬੈਠ ਜਾਓ, ਚੰਨੋ ਤੁਹਾਨੂੰ ਕੀ ਚਮੂਨੇ ਲੜੇ ਨੇ, ਬੈਠ ਜਾਓ ਇੱਥੇ, ਹੈ ਬੇਹਦਾਇਤੇ ਨਾ ਹੋਣ 'ਤੇ। ਹੁਣ ਡਾਕੂ ਦਾ ਤੋਲ ਕੀ ਚੰਗਾ ਹੋਣਾ ਹੈ, ਚੋਰਾਂ ਦੇ ਕੱਪੜੇ, ਡਾਂਗਾਂ ਦੇ ਗਾਸ ਹੋ ਜੀ, ਕਮਾਏ ਹੁਣ ਤਾਂ ਉਹਨੇ, ਉਹਨੂੰ ਫਰਕ ਹੋਵੇ ਨਾ। ਹੁਣ ਡਾਕੂ ਏ, ਇਹਨੂੰ ਹੱਗਣ ਆ ਗਿਆ, ਇਹ ਜਨਾਬ ਹੱਗਦਾ ਪਿਆ ਅਤੇ ਵੇਖਿਆ ਕੀ ਏ, ਉੱਤੋਂ ਇੱਕ ਪਰਿੰਦਾ ਆਉਂਦਾ ਹੈ, ਇੱਕ ਮੁੜ ਦੇ ਵਿੱਚ ਪਾਣੀ ਦਾ ਕਤਰਾ ਚੋਗਾ ਸੁੱਟ ਕੇ ਉੱਡ ਜਾਂਦਾ। ਆਉਂਦਾ ਵੇਖ ਕੇ, ਮੈਂ ਵੇਖਣਾ ਇਹਦੇ 'ਚ ਕੀ ਹੈ। ਬੰਦਾ ਉੱਠ ਕੇ ਮੁੜ ਵੱਲ ਗਿਆ ਅਤੇ ਵੇਖਦਾ ਕੀ ਪਿਆ, ਇੱਕ ਕਾਲਾ ਨਾਗ ਸੱਪ ਨਾ ਮੂੰਹ ਅੱਡ ਕੇ ਬੈਠਾ, ਉੱਤੋਂ ਪਰਿੰਦਾ ਆਉਂਦਾ ਹੈ, ਇਹਦੇ ਮੂੰਹ 'ਚ ਪਾਣੀ ਦਾ ਕਤਰਾ ਸੁੱਟ ਜਾਂਦਾ ਹੈ ਅਤੇ ਸੱਪ ਦੇ ਮੂੰਹ 'ਚ ਪਾਣੀ ਡਿੱਗਦਾ ਅਤੇ ਚੋਗਾ ਡਿੱਗਦਾ ਹੈ, ਇਹਦੇ ਕਦਮਾਂ ਥੱਲਿਓਂ ਜ਼ਮੀਨ ਨਿਕਲ ਗਈ। ਆਉਂਦਾ ਉਹ ਡਾਕੂਆਂ, ਜਿਹੜਾ ਰੱਬ ਅੰਨਿਆਂ ਸੱਪਾਂ ਨੂੰ ਦੇ ਸਕਦਾ ਹੈ, ਤੈਨੂੰ ਰੋਟੀ ਕਿਉਂ ਨਹੀਂ ਦੇ ਸਕਦਾ? ਦਿਲ ਦੀ ਦੁਨੀਆ ਬਦਲ ਗਈ। ਓਏ, ਦਿਲ 'ਤੇ ਲੱਗਣ ਲਈ ਗੱਲ ਇੱਕ ਹੀ ਕਾਫੀ ਹੁੰਦੀ ਬਜ਼ੁਰਗੋ, ਦਿਲ ਦੀ ਦੁਨੀਆ ਹੀ ਬਦਲ ਗਈ। ਅਤੇ ਪਤਾ ਕੀ ਆਉਂਦਾ, ਆਣ ਕੇ ਆਉਂਦਾ ਆਪਣੇ ਚੇਲਿਆਂ ਨੂੰ, ਮੇਰੀ ਸੱਚੀ ਤੋਬਾ, ਜੇ ਅੱਜ ਤੋਂ ਬਾਅਦ ਮੈਂ ਲੁੱਟਣਾ ਨਹੀਂ, ਆਓ ਤੁਹਾਨੂੰ ਵਿਖਾਵਾਂ, ਜਿਹੜਾ ਅੰਨਿਆ ਸੱਪਾਂ ਨੂੰ ਦਿੰਦਾ ਹੈ ਉਹ ਮੈਨੂੰ ਵੀ ਰਿਜ਼ਕ ਦੇ ਸਕਦਾ। ਅਤੇ ਕੰਮਾਂ ਦੇ ਵਿੱਚ ਕਿਸੇ ਦਾ ਸਾਥ ਨਹੀਂ ਦੇਣਾ, ਬੁਰਾਈ 'ਚ ਕਿਸੇ ਦਾ ਸਾਥ ਨਹੀਂ ਦੇਣਾ। ਉਹ ਜਦੋਂ ਧੋਤੀਆਂ ਅਤੇ ਪੱਗਾਂ ਦਾ ਰਿਵਾਜ ਹੁੰਦਾ ਸੀ, ਇਸ ਤਾਂ ਸਾਂਝੀਆਂ ਅਤੇ ਸਭ ਦਾ ਖਿਆਲ ਹੁੰਦਾ ਸੀ, ਕਤਲ ਕਿਸੇ ਨੂੰ ਵੀ ਕਿਸੇ ਦਾ ਨਹੀਂ ਮਾਫ ਹੁੰਦਾ ਸੀ, ਤਗੜੇ ਮਾੜੇ ਦੇ ਖੂਨ ਦਾ ਹੀ ਹਿਸਾਬ ਹੁੰਦਾ ਸੀ, ਉਦੋਂ ਲੱਖ ਭਾਵੇਂ ਕਾਫਰਾਂ ਦਾ ਰਾਜ ਹੁੰਦਾ ਸੀ, ਜਦੋਂ ਜੱਜ ਵੀ ਜਮਾਲਾ ਅਤੇ ਸਰਾਜ ਹੁੰਦਾ ਸੀ। ਲੋਕ ਇੱਕ ਦੂਜੇ ਦੀਆਂ ਇਸਤਾਂ ਦੇ ਸਾਂਝੇ ਸੀ, ਵੱਡਾ ਭਰਾ ਤੁਰਿਆ ਹੋਣਾ, ਛੋਟਿਆਂ ਲੁੱਕ ਜਾਣਾ ਕਿ ਸਾਡਾ ਵੱਡਾ ਭਰਾ ਆ ਰਿਹਾ। ਹੁਣ ਵੱਡੇ ਲੋਕ ਜਾਂਦੇ ਨੇ, ਕਿਤੇ ਛੋਟਾ ਇੱਜ਼ਤ ਲਾ ਗਿਆ, ਚੀ ਨਾ ਫੜਾ ਦੇਵੇ। ਹੁਣ ਛੋਟੇ ਲਪਾਈ ਗੱਲ ਆ ਜਾਂਦਾ, ਵੇਖ ਕੇ ਵੱਡੇ ਲੁੱਕ ਜਾਂਦੇ। ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸੀ ਨਾ, ਤਾਂ ਅਸੀਂ ਵੱਡੇ ਭਰਾ ਨੂੰ ਵੇਖ ਕੇ ਲੁਕਣਾ, ਅਤੇ ਮਾਂ ਨੇ ਪੰਜੂ ਦੇਣਾ, ਫਿਰ ਵੱਡਾ ਨਾ, ਕੱਚੀ ਜ਼ਮੀਨ ਨੂੰ ਪੰਜੂ ਮਿਲਦਾ ਹੁੰਦਾ, ਪੰਜੂ ਵੇਖੇ ਅਤੇ ਪੱਕੀ 'ਚ ਸਾਨੂੰ ਆਨਾ ਮਿਲਣਾ। ਅਤੇ ਜਦੋਂ ਅਸੀਂ ਪਹਿਲੀ 'ਚ ਹੋਏ ਨਾ, ਫਿਰ ਚਵਾਨੀ, ਫਿਰ ਪੰਜਵੀਂ ਤੱਕ ਚਵਾਨੀ ਧੇਲੀ ਚੱਲੀ।
ਅਤੇ ਫਿਰ ਅਸੀਂ ਛੇਵੀਂ 'ਚ ਗਏ, ਫਿਰ ਰੁਪਈਆ ਕਰਤਾ ਅਤੇ ਜਵਾਨੀ ਦੀ ਨਾਨ ਟਿੱਕੀ ਆ ਜਾਂਦੀ ਸੀ। ਅਤੇ ਕਦੀ ਮਾਪਿਆਂ ਨਾਲ ਬੱਚਿਆਂ ਜ਼ਿੱਦ ਨਹੀਂ ਸੀ ਕੀਤੀ, ਜੋ ਮਾਂ ਪਿਓ ਨੂੰ ਦੇਣਾ ਠੀਕ। ਇੱਕ ਚੌਂਤਰੇ 'ਤੇ ਬਹਿ ਕੇ ਸਾਰੇ ਬਾਲ ਚਾਹ ਦੀ ਪਿਆਲੀ ਫੜ ਕੇ ਅੰਮਾ ਨੂੰ ਕਹਿਣਾ ਮੈਂ ਹੋਰ ਦਈ, ਅਤੇ ਮਾਂ ਨੇ ਇੱਕੋ ਡੋਂਗੀ ਨਾਲ ਸਭ ਨੂੰ ਪਾ ਕੇ ਦੇਣੀ। ਕਿਸੇ ਦੀ ਜ਼ਰੂਰਤ ਨਹੀਂ ਸੀ ਕਿ ਮੰਜੀ 'ਤੇ ਬਹਿ ਕੇ ਚਾਹ ਪੀ ਜੇ, ਮੂੰਹ ਧੋ ਕੇ ਮਾਂ ਕੋਲ ਚੌਂਤਰੇ 'ਤੇ ਬਹਿਣਾ ਸੀ। ਸਭ ਨੇ ਹੁਣ ਬਰਕਤਾਂ ਕਿਉਂ ਉੱਡੀਆਂ, ਮੁਹੱਬਤਾਂ ਕਿਉਂ ਉੱਡੀਆਂ, ਹੁਣ ਹਰ ਕੋਈ ਬੈੱਡ 'ਤੇ ਬੈਠਾ ਆਉਂਦਾ ਮੇਰਾ ਮੂੰਹ ਵੀ ਇੱਥੇ ਹੀ ਧਵਾਓ। ਸ਼ੁਕਰ ਕਰੋ ਇਹ ਨਹੀਂ ਕਹਿੰਦੇ ਮੈਨੂੰ ਟੱਟੀ ਵੀ ਇੱਥੇ ਹੀ ਕਰਾ ਦਿਓ, ਨਹੀਂ ਮੇਰੇ ਕੋਲ ਗੱਲਾਂ ਸੱਚੀਆਂ। ਹਾਂਜੀ ਇੰਨੇ ਬੈਠੇ ਮੈਂ ਸਿੱਧੀਆਂ ਗੱਲਾਂ ਕਰਨਾ ਹੈ। ਉਹ ਲੋਕ ਪਿੰਡਾਂ ਦੇ ਲੋਕ ਖਾਂਦੇ ਘਰ ਸੀ, ਹੱਗਣ ਬਾਹਰ ਜਾਂਦੇ ਸੀ, ਹੁਣ ਟੈਚ ਬਾਥ ਬਣ ਗਏ, ਬਿਮਾਰੀਆਂ ਤਾਂ ਆਉਣੀਆਂ। ਪਹਿਲੇ ਪਿੰਡਾਂ ਦੇ ਲੋਕ ਬਾਹਰ ਜਾਂਦੇ ਸੀ ਕਿ ਨਹੀਂ ਪਿਸ਼ਾਬ ਕਰ, ਅਤੇ ਪਾਣੀ ਵੀ ਪਿੰਡਾਂ ਦੇ ਸਹੀ ਹੁੰਦੇ ਸੀ, ਆ ਨੈਸਲੇ ਨੂਸਲੇ ਦਾ ਸਿਆਪਾ ਹੁਣ ਨਿਕਲਿਆ। ਹਾਂ ਆਹ ਬੋਤਲਾਂ ਵਾਲਾ ਸਿਆਪਾ ਤਾਇਆ, ਮੈਂ ਆਪਣੀ ਤੈਨੂੰ ਦੱਸਦਾ ਹੈ, ਐਂ ਜੇ ਖਾਲ ਚੁੱਲ੍ਹਾ ਭਰ ਕੇ ਪਾਣੀ ਪੀ ਲਈਦਾ ਸੀ, ਸਾਨੂੰ ਕੁਛ ਨਹੀਂ ਕਦੀ ਹੋਇਆ। ਤਾਇਆ ਤਾਂ ਹੀ ਸਿਹਤਮੰਦ ਹੈ ਜੀ, ਹਾਂ ਮੇਰਾ ਤਾਇਆ, ਤਾਇਆ ਲਵ ਯੂ, ਮੇਰਾ ਚੰਨ, ਮੇਰਾ ਮੱਖਣ, ਮੇਰੀ ਮਲਾਈ। ਤਾਇਆ ਦਾ ਕੀ ਨਾਂ? ਤਾਇਆ, ਤਾਇਆ ਇਸਮਾਈਲ। ਮੇਰੇ ਜਿਹੜਾ ਮੇਰਾ ਪੜਦਾਦਾ ਨਾ, ਉਹਦਾ ਨਾਮ ਹੀ ਇਸਮਾਈਲ। ਹਾਂ ਮੇਰਾ ਤਾਇਆ, ਅੱਲਾ ਉਹਨੂੰ ਜਨਤਾ ਹੀ ਘਰ ਦੇਵੇ। ਸਾਰੇ ਆਮੀਨ ਕਹੋ ਨਾ। ਅੱਲਾ ਜਾਣਦਾ, ਅੱਲਾ ਪਰ ਸੁਣਿਆ ਜੇ ਬੇਟਾ ਮੋਬਾਈਲ ਛੋੜ ਔਰ ਗੁਫ਼ਤਗੂ ਸੁਣ, ਮੇਰਾ ਚੰਨ ਤਵੱਜੋ ਮੇਰੇ ਵੱਲ, ਮੇਰੀ ਮਨ ਮੇਰਾ ਚੰਨ ਹੈ। ਗੱਲ ਸੁਣ ਲਓ ਬੜੀ ਵੱਡੀ, ਲੱਪ ਲਾ ਕੇ ਖਾਲ ਤੋਂ ਪਾਣੀ ਪੀ ਲੈਣਾ, ਕਦੀ ਨਹੀਂ ਕੁਛ ਹੋਇਆ, ਹੁਣ ਮੂੰਹਾਂ 'ਤੇ ਛਿੱਕੀਆਂ ਚੜ੍ਹਾਈਆਂ, ਕਰੋਨਾ ਨਾ ਆ ਜਾਵੇ। ਵਾਅਦਾ ਕਰੋ ਮੌਤ 'ਤੇ ਡਰਨਾ, ਉੱਚੀ ਬੋਲੋ ਮੌਤ ਤੋਂ ਡਰਨਾ। ਮੌਤ ਇੰਨੇ ਮਤੇ ਇਹਨਾਂ ਬੁੱਢਿਆਂ ਨੂੰ ਪੁੱਛੋ, ਸਾਰੀ ਰਾਤ ਰਜ਼ਾਈਆਂ 'ਚ ਤਲੀਨੀਆਂ ਲੈਂਦੇ ਨੇ, ਰਾਤ ਮੁੱਕਣ 'ਚ ਨਹੀਂ ਆਉਂਦੀ। ਆ ਬਾਬਿਆਂ ਨੂੰ ਪੁੱਛੋ ਰਾਤ ਮੁੱਕਣ 'ਚ ਆਉਂਦੀ? ਅੱਲਾ ਜਾਣਦਾ, ਪੁੱਤਰ ਲੈ ਗਈਆਂ ਨੌਵਾਂ ਅਤੇ ਧੀਆਂ ਲੈ ਗਏ ਹੋਰ, ਮਾਈ ਬਾਬਾ ਇੰਜ ਬੈਠੇ ਜਿਵੇਂ ਪਿੰਡ ਲਟਾ ਕੇ ਬੈਠੇ ਚੋਰ। ਵੇਖ ਲਓ ਇਹੋ ਕੁਛ ਹੀ ਹੈ, ਧੀਆਂ ਕੋਈ ਲੈ ਜਾਂਦਾ ਹੈ, ਪੁੱਤਰ ਨੌਵਾਂ ਲੈ ਜਾਂਦੀਆਂ, ਮਾਈ ਬਾਬੇ ਨੂੰ ਵੇਲੀ ਵਾਲੀ ਤੂੜੀ ਵਾਲੇ ਅੰਦਰ ਮੰਜੀ ਡਾ ਦਿੰਦੇ ਨੇ, ਉਹ ਸਾਰੀ ਉਮਰ ਰੋ ਕੇ ਗੁਜ਼ਾਰ ਲੈਂਦੇ। ਮੇਰੀਆਂ ਸਿੱਧੀਆਂ ਗੱਲਾਂ ਜਿੰਨੇ ਬੈਠੇ ਨੋਟ ਕਰ ਲਓ।